ਪ੍ਰਿੰਸੀਪਲ ਸਰਵੰਤ ਸਿੰਘ ਦੀ ਪੁਸਤਕ ਪੰਜਾਬ ਦੀ ਕੋਹੇਨੂਰ ਭਾਗ ਦੂਜਾ ਦਾ ਲੇਖ ਸੁੰਦਰ છਪਾਈ ਦਾ ਚੈਂਪੀਅਨ ਅਗਲਾ ਭਾਗ ਉਹ ਸਵੇਰੇ ਕਾਰ ਉੱਤੇ ਪ੍ਰੈਸ ਦੇ ਦਫ਼ਤਰ ਆਉਂਦਾ ਤੇ ਸ਼ਾਮ ਨੂੰ ਦਫ਼ਤਰੋਂ ਉੱਠ ਕੇ ਪੌਸ਼ ਏਰੀ ਹੌਜ ਖਾਸਟ ਬਣੇ ਆਪਣੇ ਘਰ ਚਲਾ ਜਾਂਦਾ ਦਿੱਲੀ ਦੇ ਤਤਕਾਲੀ ਡਿਪਟੀ ਕਮਿਸ਼ਨਰ ਡਾਕਟਰ ਮਹਿੰਦਰ ਸਿੰਘ ਰੰਦਾਵੇ ਨੇ ਹੌਜ ਖਾਸਟ ਦਾ ਪਲਾਟ ਪ੍ਰੀਤਮ ਸਿੰਘ ਨੂੰ ਤੇ ਪਲੇਅਰ ਗਾਰਡਨ ਮਾਰਕੀਟ ਦੀ ਦੁਕਾਨ ਪ੍ਰੀਤ ਲੜੀ ਨੂੰ ਅਲਾਟ ਕੀਤੇ ਸਨ ਰੰਦਾ ਵਾਲੇ ਲੇਖਕਾਂ ਲਈ ਦਰਿਆ ਦਿਲ ਬੰਦਾ ਸੀ ਲੇਖਕਾਂ ਦਾ ਮਸੀਹਾ ਉਹਨੇ ਅਮਰਤਾ ਪ੍ਰੀਤਮ ਤੇ ਕਰਤਾਰ ਸਿੰਘ ਦੁੱਗਲ ਹੋਰਾਂ ਨੂੰ ਵੀ ਹੌਜ ਖਾਸ ਪਲਾਟ ਦੇ ਕੇ ਨਿਵਾਜਿਆ ਸੀ ਭਾਪੇ ਦੇ ਘਰ ਦੀ ਪਿੱਠ ਅਮਰਤਾ ਪ੍ਰੀਤਮ ਦੀ ਕੋਠੀ ਨਾਲ ਲੱਗਦੀ ਸੀ ਵਾਤਾਵਰਨ ਪੱਖੋਂ ਚਾਂਦਨੀ ਚੌਕ ਤੇ ਹੌਜ ਖਾਸ ਨਰਕ ਸੁਰਗ ਵਾਂਗ ਸਨ ਦਿਨੋਂ ਨਰਕ 'ਚ ਘਟਦਾ ਰਾਤ ਸੁਰਗ ਵਿੱਚ ਨਵਯੁਗ ਪ੍ਰੈਸ ਪਲੇਅਰ ਗਾਰਡਨ ਮਾਰਕੀਟ ਦੇ ਚੜ੍ਹਦੇ ਵੱਲ ਇੱਕ ਨੁੱਕਰ 'ਚ ਸੀ ਉੱਥੇ ਮਸ਼ੀਨਾਂ ਚੱਲਦੀਆਂ ਕਾਗਜ਼ ਕਾਲੇ ਹੁੰਦੇ ਮਜ਼ਦੂਰਾਂ ਦੇ ਮੱਥਿਆਂ ਤੇ ਮੁੜਕਾ ਲਿਸ਼ਕਦਾ ਚਾਹਾਂ ਦੇ ਪਿਆਲੇ ਠੈਕਦੇ ਤੇ ਆਰਸੀ ਪ੍ਰਕਾਸ਼ਨ ਦੀ ਦੁਕਾਨ ਤੋਂ ਕਿਤਾਬਾਂ ਵਿਕਦੀਆਂ ਬਲਵੰਤ ਗਾਰਗੀ ਨੇ ਨਵਯੁਗ ਪਬਲਿਸ਼ਰ ਦੇ ਦਫ਼ਤਰ ਦਾ ਨਜ਼ਾਰਾ ਇੰਜ ਪੇਸ਼ ਕੀਤਾ ਜੋ ਲੇਖਕ ਪੰਜਾਬ ਤੋਂ ਆਉਂਦਾ ਜਾਂ ਕੈਨੇਡਾ ਤੋਂ ਜਾਂ ਇੰਗਲੈਂਡ ਤੋਂ ਸਿੱਧਾ ਨਵਯੁਗ ਪਬਲਿਸ਼ਰਸ ਪਹੁੰਚਦਾ ਹੈ ਅਰਥਾਤ ਪਾਪਾ ਪ੍ਰੀਤਮ ਸਿੰਘ ਕੋਲ ਹਰੀ ਕੋਲ ਨਵੀਆਂ ਕਹਾਣੀਆਂ ਜਾਂ ਨੋਵਲ ਜਾਂ ਨਾਟਕ ਜਾਂ ਕਵਿਤਾ ਦਾ ਖਰੜਾ ਹੁੰਦਾ ਹੈ ਪਾਪਾ ਜੀ ਇੱਕ ਰੇਲਵੇ ਸਟੇਸ਼ਨ ਸਨ ਜਿੱਥੇ ਵੱਖ-ਵੱਖ ਦਿਸ਼ਾਵਾਂ ਤੋਂ ਗੱਡੀਆਂ ਆਉਂਦੀਆਂ ਮੁਸਾਫਿਰ ਉਤਰਦੇ ਹਨ ਉਹ ਸਾਰਿਆਂ ਨੂੰ ਸੰਭਾਲਦੇ ਹਨ ਚਾਹ ਪਲਾਉਂਦੇ ਹਨ ਘਰ ਦੀ ਖੈਰੀਅਤ ਪੁੱਛਦੇ ਹਨ ਸਾਹਿਤਕ ਤੇ ਸਿਆਸੀ ਤੇ ਜਜ਼ਬਾਤੀ ਸੁੱਖ-ਦੁੱਖ ਸਾਂਝੇ ਕਰਦੇ ਹਨ ਹਰ ੜੜੇ ਦਾ ਸਾਹਿਤਕਾਰ ਉਹਨਾਂ ਨੂੰ ਆਪਣਾ ਦੋਸਤ ਸਮਝਦਾ ਹੈ ਵੱਖ-ਵੱਖ ਧਾਰਨਾਵਾਂ ਤੇ ਵਿਚਾਰਾਂ ਦੇ ਲੇਖਕ ਆਪਣੀ-ਆਪਣੀ ਗੱਲ ਉਹਨਾਂ ਨੂੰ ਸੁਣਾਉਂਦੇ ਹਨ ਇੱਕ ਦੂਜੇ ਦੀਆਂ ਚੁਗਲੀਆਂ ਕਰਦੇ ਹਨ ਇੱਕ ਦੂਜੇ ਦੇ ਖਿਲਾਫ ਬੋਲਦੇ ਹਨ ਇਸ਼ਕ ਦੇ ਤੇ ਤੋਖੇ ਤੇ ਸਿਆਸਤ ਤੇ ਪਿਆਰ ਤੇ ਈਰਖਾ ਦੇ ਕਿਸੇ ਪਾਪਾ ਜੀ ਇਹ ਸਾਰੀਆਂ ਗੱਲਾਂ ਆਪਣੇ ਸੀਨੇ 'ਚ ਰੱਖਦੇ ਹਨ ਹਰ ਇੱਕ ਦੀ ਗੱਲ ਮਹਿਫੂਜ਼ ਜਿਵੇਂ ਕੋਈ ਬੈਂਕ 'ਚ ਰੁਪਿਆ ਰੱਖ ਆਵੇ ਪਾਪਾ ਜੀ ਗੱਪਸ਼ਪ ਸੁਣ ਕੇ ਖੁਸ਼ ਹੁੰਦੇ ਹਨ ਉਹ ਚੁਗਲੀ ਕਰਦੇ ਨਹੀਂ ਚੁਗਲੀ ਸੁਣਦੇ ਹਨ ਹਰ ਲੇਖਕ ਦਿਲ ਦੀ ਪੜਾਅਸ ਕੱਢ ਕੇ ਤੁਰ ਜਾਂਦਾ ਹੈ ਤੇ ਪਾਪਾ ਜੀ ਹੌਲਾ ਹੌਲਾ ਮਹਿਸੂਸ ਕਰਦੇ ਹਨ ਉਹਨਾਂ ਦੇ ਨਿੱਕੇ ਦਫ਼ਤਰ 'ਚ ਜਿੱਥੇ ਪ੍ਰੈਸ ਦੇ ਚੱਲਣ ਦੀ ਖੜਖੜ ਤੇ ਕਾਗਜ਼ਾਂ ਨਾਲ ਲੱਦੇ ਠੇਲਿਆਂ ਦਾ ਰੌਲਾ ਰੁੱਪਾ ਸ਼ਾਂਤੀ ਦਾ ਆਵਾਸ ਹੈ ਇਹ ਸ਼ਾਂਤੀ ਪਾਪਾ ਪ੍ਰੀਤਮ ਸਿੰਘ ਦੀ ਸ਼ਖਸੀਅਤ ਨਾਲ ਸੰਬੰਧਿਤ ਹੈ ਜਦੋਂ ਮੈਂ ਕਿਤਾਬਾਂ ਲੈਣ ਆਰਸੀ ਦੀ ਦੁਕਾਨ ਤੇ ਜਾਂਦਾ ਉੱਥੇ ਪੰਜਾਬ ਤੋਂ ਆਇਆ ਕੋਈ ਨਾ ਕੋਈ ਲੇਖਕ ਵੀ ਮਿਲ ਪੈਂਦਾ ਸੰਤ ਸਿੰਘ ਸੇਖੋਂ ਜਸਵੰਤ ਸਿੰਘ ਕਵਲ ਸੰਤੋਖ ਸਿੰਘ ਧੀਰ ਗੁਰਦੇਵਾਲ ਸਿੰਘ ਨਵਦੀਪ ਸਿੰਘ ਬੂਟਾ ਸਿੰਘ ਸ਼ਾਦ ਆਤਮ ਹਮਰਾਹੀ ਕੁਲਬੀਰ ਸਿੰਘ ਕੰਗ ਗੁਰਦੇਵ ਰੁਪਾਣਾ ਤੇ ਦਿੱਲੀ ਦੇ ਬਹੁਤ ਸਾਰੇ ਲੇਖਕ ਮੈਨੂੰ ਉੱਥੇ ਹੀ ਮਿਲੇ ਸਨ ਉੱਥੇ ਬਲਵੰਤ ਗਾਰਗੀ ਵੀ ਵੇਖਿਆ ਦਵਿੰਦਰ ਸਿੰਘ ਤਿਆਰਥੀ ਵੀ 바ਵਾ ਬਲਵੰਤ ਵੀ ਸੁਖਵੀਰ ਵੀ ਪਰ ਅਮਰਤਾ ਉੱਥੇ ਨਹੀਂ ਦਿਸੀ ਨੇੜੇ ਤੁਰਲੇ ਵਾਲੇ ਚਿੱਟੇ ਚਿੱਟ ਕੱਪੜੀਏ ਸੋਢੀ ਦੀ ਦੁਕਾਨ ਸੀ ਜਿੱਥੇ ਮੇਰਾ ਪੰਜਵੀਂ ਦਾ ਹਮ ਜਮਾਤੀ ਮਹਿੰਦਰ ਸਿੰਘ ਪਰਵਾਨਾ ਬੈਠਾ ਹੁੰਦਾ ਉਹ ਪਿੱਛੋਂ ਮਾਨੂੰਕਿਆਂ ਦਾ ਸੀ ਤੇ ਜਿਵੇਂ ਸ਼ਮਸ਼ੇਰ ਸਿੰਘ ਸੰਧੂ ਹੈ ਪਰਵਾਨਾ ਸਾਹਿਬ ਦਾ ਰਸੀਆ ਸੀ ਜੋ ਆਏ ਗਏ ਲੇਖਾਂ ਦੀ ਬਿੜਕ ਰੱਖਦਾ ਮਹਿਮਾਨ ਨਿਵਾਜ ਇੰਨਾ ਕਿ ਚਾਹ ਪਾਣੀ ਪਿਆਏ ਬਿਨਾ ਕਿਸੇ ਨੂੰ ਜਾਣ ਨਾ ਦਿੰਦਾ ਉਥੇ ਪਾਪਾ ਪ੍ਰੀਤਮ ਸਿੰਘ ਦੇ ਦਰਸ਼ਨ ਵੀ ਹੋ ਜਾਂਦੇ। ਉਹ ਕਾਰ ਤੋਂ ਉਤਰ ਕੇ ਚਮੜੇ ਦਾ ਬੈਗ ਚੁੱਕੀ ਆਉਂਦਾ ਦਿਸਦਾ ਜਾਂ ਆਪਣੇ ਦਫ਼ਤਰ 'ਚ ਬੈਠਾ ਹੁੰਦਾ ਤੇ ਬੜੀ ਮਿਠਤ ਨਾਲ ਬੁਲਾਉਂਦਾ ਚਲਾਉਂਦਾ। ਕਦੇ-ਕਦੇ ਜ਼ਿਆਦਾ ਕੱਪ ਵੀ ਸਾਂਝਾ ਹੋ ਜਾਂਦਾ। ਉਹਦੀਆਂ ਗੱਲਾਂ-ਬਾਤਾਂ ਦਾ ਨਿਚੋੜ ਹੁੰਦਾ ਕਿ ਮਿਹਨਤ ਨਾਲ ਦੀ ਰੀਸ ਨਹੀਂ ਤੇ ਉਹੀ ਬੰਦਾ ਕਾਮਯਾਬ ਹੁੰਦਾ ਜਿਹਨੂੰ ਜੀਵਨ 'ਚ ਰਾੜੇ ਲੱਗੇ ਹੋਣ। ਜਿਹਨੇ ਕੋਈ ਤੰਗੀ ਤੇ ਤਕਲੀਫ ਨਾ ਕੱਟੀ ਹੋਵੇ ਉਹ ਮਾੜੀ ਜੀ ਮੁਸ਼ਕਲ ਮੂਰੇ ਡੋਲ ਜਾਂਦਾ। ਉਸ ਸਦਾ ਰਹਿਣੀ ਬਹਿਣੀ ਦੀਆਂ ਗੱਲਾਂ ਕਰਦਾ ਮੈਨੂੰ ਯਾਦ ਹੈ ਰਾਣਾ ਸ਼ਬਦ ਮੈਂ ਹੀ ਬੋਲਿਆ ਸੀ ਜੋ ਉਹਨੂੰ ਵੀ ਭਾ ਗਿਆ ਤੇ ਉਹਦੀ ਬੋਲ ਚਾਲ ਚ ਢਲ ਗਿਆ ਪਾਪਾ ਜੀ ਨੂੰ ਮਿਲ ਕੇ ਮਨ ਮਾਣ ਨਾਲ ਭਰ ਜਾਂਦਾ ਬਈ بڑے ਵੱਡੇ ਬੰਦੇ ਦੇ ਦਰਸ਼ਨ ਹੋ ਗਏ ਜਿਨ੍ਹਾਂ ਦਿਨਾਂ 'ਚ ਮੈਂ ਨਵਯੁਗ ਵੱਲ ਜਾਣ ਲੱਗਾ ਉਹ ਨਹੀਂ ਦਿਨੀ ਬਲਵੰਤ ਗਰਗੀ ਦੀਆਂ ਪੁਸਤਕਾਂ ਛਪੀਆਂ ਸਨ ਨਿੰਮ ਦੇ ਪੱਤੇ ਸੁਰਮੇ ਵਾਲੀ ਅੱਖ ਉਹਨਾਂ ਵਿੱਚੋਂ ਸਾਹਿਤਕਾਰਾਂ ਦੇ ਰੇਖਾ ਚਿੱਤਰੂ ਲਿਖੇ ਗਏ ਸਨ ਕਿਤਾਬੀ ਰੂਪ ਚ ਛਪਣ ਤੋਂ ਪਹਿਲਾਂ ਉਹਦੇ ਆਰਟੀਕਲ ਆਰਸੀ ਚ ਛਪਦੇ ਖਟਪਟੇ ਮਸਾਲੇ ਵਾਲੀ ਖਸਤਾ ਕਰਾਰੀ ਸ਼ੈਲੀ ਚ ਲਿਖੇ ਉਹਦੇ ਗਲਪ ਗੱਪੇ ਬੜੇ ਸੁਆਦੀ ਹੁੰਦੇ ਜੋ ਪਾਠਕਾਂ ਨੂੰ ਪਸੰਦ ਆਉਂਦੇ ਮਲਵਈ ਸ਼ਬਦਾਂ ਦੀ ਚਾਸ਼ਨੀ ਉਹਦੀ ਲਿਖਤ ਚ ਜ਼ਾਇਕਾ ਭਰ ਦਿੰਦੀ ਉਹਦੇ ਬਿਰਤਾਂਤ ਚ ਬਠਿੰਡੇ ਦੇ ਕੱਕੇ ਰੇਤੇ ਦੀ ਲਿਸ਼ਕੋਰ ਦਿਸਦੀ ਉਹਦੀ ਲਿਖਤ ਵਿੱਚ ਨਿੱਜੀ ਤੇ ਰੋਮਾਂਟਿਕ ਛੂਹਾਂ ਹੁੰਦੀਆਂ ਨਾਲ ਮਾੜਾ ਮੋਟਾ ਨੰਗੇਜ਼ ਵੀ ਉਹ ਤੀਵੀਆਂ ਦੀਆਂ ਗੱਲਾਂ ਨੇ ਝੱਕ ਕਰਦਾ ਸੀ ਗਾਰਗੀ ਦੀ ਲਿਖਤ 'ਚ ਨਖਰਾ ਵੀ ਬਹੁਤ ਸੀ ਜੋ ਖਿੱਚ ਪਾਉ ਸੀ ਪਹਿਲੇ ਫਿਕਰ ਉਹਦੀ ਪਾਠਕਾਂ ਨੂੰ ਆਪਣੀ ਜਕੜ 'ਚ ਲੈ ਲੈਂਦਾ ਪਾਠਕ ਉਹਦੀ ਲਿਖਤ ਪੂਰੀ ਪੜ੍ਹ ਕੇ ਹੀ ਉਹਦੀ ਪਕੜ 'ਚੋਂ ਨਿਕਲ ਸਕਦੇ ਜਿਨ੍ਹਾਂ ਬਾਰੇ ਉਹਨੇ ਲਿਖਿਆ ਉਹਨਾਂ ਨੂੰ ਸਲਾਇਆ ਵੀ ਬਹੁਤ ਤੇ ਨਿੰਦਿਆ ਵੀ ਬਹੁਤ ਕਈਆਂ ਦੀ ਕੋਲੋਂ ਗੱਲਾਂ ਜੋੜ ਕੇ ਬਦਖੋਈ ਕੀਤੀ ਤਾਂ ਕਿ ਲਿਖਤ ਦੀ ਖੂਬ ਚਰਚਾ ਹੋਵੇ ਕਈ ਉਹਦੇ ਨਾਲ ਨਾਰਾਜ਼ ਵੀ ਹੋਏ ਉਹਨਾਂ ਦੀ ਛੰਡ ਲਾਉਣ 'ਚ ਉਹਨੇ ਕੋਈ ਕਸਰ ਨਹੀਂ ਛੱਡੀ ਅਖੇ ਨਾਨਕ ਸਿੰਘ ਮਤਲਬ ਦੀ ਗੱਲ ਤਾਂ ਸੁਣ ਲੈਂਦਾ ਤੇ ਬੇਮਤਲਬੀ ਲਈ ਬੋਲਾ ਬਣ ਜਾਂਦਾ ਹੈ ਅਜੀਤਕੌਰ ਕਹਿੰਦੀ ਹੈ ਦੋ ਮੈਗਜ਼ੀਨ ਕੱਢ ਰਹੀਆਂ ਜਿਵੇਂ ਮੇਰੇ ਦੋ ਖਸਮ ਹੋਣ ਹਲੇ ਤਿੰਨ ਖਸਮਾਂ ਦੀ ਹੋਰ ਲੋੜ ਹੈ ਫਿਰ ਮੈਂ ਸਤੀ ਦਰੁਪਤੀ ਬਣ ਜਾਵਾਂਗੀ ਦੱਖਣ ਚ ਦਰੁਪਤੀ ਦੀ ਪੂਜਾ ਹੁੰਦੀ ਹੈ ਕਾਸ਼ ਮੇਰੇ ਪੰਜ ਖਸਮ ਹੁੰਦੇ ਅਜੇ ਹੀ ਚੱਕਵੀ ਲਿਖਤ ਨੂੰ ਭਲਾ ਕੋਣ ਨਹੀਂ ਪੜੇਗਾ ਅਮਰਤਾ ਪ੍ਰੀਤਮ ਭਾਰੀ ਲਿਖਿਆ ਅਮਰਤਾ ਮਿਲੀ ਉਸ ਅੱਖਾਂ ਚ ਕਜਲਾ ਪਾਇਆ ਸੀ ਜਿਹਦੇ ਕਾਲੇ ਟੋਰੇ ਕੰਨਾਂ ਤੇ ਇੱਕ ਜਾਂਦੇ ਸਨ ਬੁੱਲ ਪਤਲੇ ਦਰਮਿਆਨਾ ਕਾਦੂ ਦੇ ਚਿਹਰੇ ਤੇ ਇੱਕ ਚਿੱਤਨ ਜਨਾਨੀ ਦਾ ਨਖਰਾ ਸੀ ਜਿਨੂੰ ਲੋਕਾਂ ਸੋਹਣੀ ਸੋਹਣੀ ਅੱਖੇ ਚੰਬਲਾ ਰੱਖਿਆ ਹੋਵੇ ਫਿਰ ਲਿਖਿਆ ਪ੍ਰੀਤਮ ਸਿੰਘ ਨੇ ਸਿਗਰਟ ਸੁਲਗਾਈ ਤੇ ਬੋਲੀ ਮੈਂ ਜੋ ਹਾਂ ਸੋ ਹਾਂ ਇਹ ਮੈਂ ਹੀ ਅਮਰਤਾ ਪ੍ਰੀਤਮ ਹੈ papa ਪ੍ਰੀਤਮ ਸਿੰਘ ਦਾ ਰੇਖਾ ਚਿੱਤਰ ਲਿਖਦੇ ਆਂ ਗਾਰਗੀ ਹੋਰ ਨਾ ਹੋਰਾਂ ਬਾਰੇ ਲਿਖਣ ਵਰਗੀ ਖੁੱਲ ਨਹੀਂ ਲੈ ਸਕਿਆ ਕਿਉਂਕਿ ਕਿਤਾਬ ਹੀ papa ਜੀ ਨੇ ਛਾਪਣੀ ਸੀ ਤੇ ਉਹਨੇ ਲਿਖਿਆ ਉਹ ਇੰਨੇ ਸ਼ਰੀਫ ਹਨ ਕਿ ਉਹਨਾਂ ਉੱਤੇ ਲੇਖ ਨਹੀਂ ਲਿਖਿਆ ਜਾ ਸਕਦਾ ਸਾਦਤ ਹਸਨ ਮੰਟੋ ਦੇ ਕਹਿਣ ਅਨੁਸਾਰ ਅਜਿਹੇ ਬੰਦੇ ਉੱਤੇ ਉਤੇ ਇੱਕੋ ਫਕਰਾ ਫਿਕਰਾ 10 ਵਾਰ ਲਿਖ ਦਿਓ ਉਹ ਬਹੁਤ ਸ਼ਰੀਫ ਹੈ ਉਹ ਬਹੁਤ ਸ਼ਰੀਫ ਹੈ ਗਾਰਗੀ ਪਰੇਸ਼ਾਨ ਸੀ ਕਿ ਪ੍ਰੀਤਮ ਸਿੰਘ ਇੰਨੀ ਸ਼ਾਂਤੀ ਤੇ ਸਬਰ ਕਿਉਂ ਹੈ ਮੈਂ ਉਹਦੋਂ ਨਵਾਂ-ਨਵਾਂ ਲਿਖਣ ਲੱਗਾ ਸੀ ਮੈਨੂੰ ਗਾਰਗੀ ਦੀ ਨਖਰੀਲੀ ਸ਼ੈਲੀ ਨੇ ਪੱਟ ਲਿਆ ਸੀ ਲੇਖਕ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਉਹ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦੇ ਉਹ ਸੱਚ ਨਹੀਂ ਬੋਲਦੇ ਲੇਖਕ ਇੱਕ ਦੂਜੇ ਕੋਲੋਂ ਬਹੁਤ ਕੁਝ ਸਿੱਖਦੇ ਆ ਖਾਸ ਕਰਕੇ ਨਵੇਂ ਲੇਖਕ ਕੋਈ ਲੇਖਕ ਨਹੀਂ ਹੋਏਗਾ ਜਿਦੀਆਂ ਲਿਖਤਾਂ 'ਚ ਕਿਸੇ ਹੋਰ ਦੀ ਲਿਖਤ ਦੇ ਮਾੜੇ-ਮੋٹے ਅੰਸ਼ ਨਾ ਹੋਣ। ਬਲਵੰਤ ਗਾਰਗੀ ਵੀ ਹੋਰ ਲੇਖਾਂ ਤੋਂ ਪ੍ਰਭਾਵਿਤ ਸੀ। ਕਈ ਅਲੋਚਕ ਉਹਦੇ ਨਾਟਕ ਲੋਹਾਕੁਟ ਨੂੰ ਅੰਗਰੇਜ਼ੀ ਦੀ ਕਿਸੇ ਪੁਸਤਕ ਉੱਤੇ ਆਧਾਰਿਤ ਨਾਟਕ ਦੱਸਦੇ ਐ। ਮੈਂ ਉਹਦੇ ਲਿਖੇ ਲੇਖਕਾਂ ਦੇ ਰੇਖਾਚਿੱਤਰਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਸਿੱਧ ਖਿਡਾਰੀਆਂ ਦੇ ਰੇਖਾਚਿੱਤਰ ਲਿਖਣ ਬਾਰੇ ਸੋਚਣ ਲੱਗਾ। ਮੇਰਾ ਛੋਟੀ ਦੇ ਖਿਡਾਰੀਆਂ ਨਾਲ ਮੇਲ-ਜੋਲ ਸੀ, ਖੁਦ ਦਿੱਲੀ ਯੂਨੀਵਰਸਿਟੀ ਦਾ ਚੈਂਪੀਅਨ ਐਥਲੀਟ ਸੀ, ਮੈਂ ਏਸ਼ੀਆ ਦੇ ਦੇ ਕੈਟਲਨ ਚੈਂਪੀਅਨ ਗੁਰਬਚਨ ਸਿੰਘ ਰੰਦਾਵੇ ਦਾ ਰੇਖਾ ਚੱਤਰ ਲਿਖਿਆ ਤੇ ਮੁੜਕੇ ਦਾ ਮੋਤੀ ਸਿਰਲੇਖ ਰੱਖ ਕੇ ਆਰਸੀ 'ਚ ਛਪਣ ਲਈ ਭੇਜ ਦਿੱਤਾ ਆਰਸੀ ਚਾਮ ਕਰਕੇ ਸਥਾਪਤ ਲੇਖਕ ਹੀ ਛਪਦੇ ਹਨ ਉੰਜ ਤਾਂ ਮੇਰਾ ਇੱਕ ਲੇਖ ਮੇਲਾ ਮੁਕਸਰ ਦਾ ਤੇ ਕਹਾਣੀ ਨਚਾਰ ਆਰਸੀ 'ਚ ਛਪ ਚੁੱਕੇ ਸਨ ਪਰ ਮੈਨੂੰ ਘੱਟ ਹੀ ਆਸ ਸੀ ਕਿ ਕਿਸੇ ਖਿਡਾਰੀ ਬਾਰੇ ਲਿਖੀ ਲਿਖਤ ਵੀ ਆਰਸੀ 'ਚ ਛਪ ਜਾਏਗੀ ਉਹ ਕਿਹੜਾ ਕਵਿਤਾ ਜਾਂ ਗਲਪ ਰਚਨਾ ਸੀ ਜਿਹਨੂੰ ਖਰਾ ਸਾਹਿਤ ਸਮਝਿਆ ਜਾਂਦਾ ਪਰ ਮੈਂ ਹੈਰਾਨ ਹੋਇਆ ਜਦੋਂ ਆਰਸੀ ਦੇ ਅਗਲੇ ਅੰਕ ਚੀ ਮੇਰਾ ਖਿਡਾਰੀ ਬਾਰੇ ਲਿਖਿਆ ਰੇਖਾ ਚਿੱਤਰ ਛਪ ਗਿਆ। ਉਹਨੇ ਦਿਨ ਹੀ ਨਵੇਂ ਲੇਖਕ ਆਰਸੀ ਚ ਛਪਣਾ ਵੱਡੇ ਮਾਣ ਦੀ ਗੱਲ ਸਮਝਦੇ ਸੀ। ਮੈਨੂੰ ਹੋਰ ਵੀ ਖੁਸ਼ੀ ਹੋਈ ਜਦੋਂ ਪਾਪਾ ਪ੍ਰੀਤਮ ਸਿੰਘ ਨੇ ਕਿਹਾ ਮੈਂ ਹਰ ਮਹੀਨੇ ਕਿਸੇ ਖਿਡਾਰੀ ਦਾ ਰੇਖਾ ਚਿੱਤਰ ਭੇਜਿਆ ਕਰਾਂ। 1966 ਸਤੰਥ 10 12 ਖਿਡਾਰੀਆਂ ਦੀ ਰੇਖਾ ਚਿੱਤਰ ਉਪਰ ਉੱਥਲੀ ਆਰਸੀ 'ਚ ਛਪੇ ਮੁੜਕੇ ਦੇ ਮੋਤੀ ਤੋਂ ਬਾਅਦ ਕਦੇ ਧਰਤੀ ਤੱਕ ਕਦੇ ਅੱਗ ਦੀ ਨਾਲ ਕਦੇ ਸ਼ੈਦ ਦਾ ਘਟ ਕਦੇ ਅਲਸੀ ਦਾ ਫੁੱਲ ਕਦੇ ਪੌਣ ਦਾ ਹਣੀ ਕਦੇ ਪੱਤੋ ਵਾਲਾ ਕਦੇ ਗੁਰੂ ਨਾਨਕ ਦਾ ਗਰਾਈ ਕਦੇ ਜੰਗਲੀ ਮੋਰ ਤੇ ਕਦੇ ਕਲਹਿਰੀ ਮੋਰ ਸਿਰਲੇਖਾਂ ਹੇਠ ਲਗਾਤਾਰ ਛਪੀ ਗਏ ਉਸੇ ਸਾਲ ਮੈਂ ਆਰਸੀ 'ਚ ਸਭ ਤੋਂ ਵੱਧ ਛਪਣ ਵਾਲਾ ਲੇਖਕ ਸਾਂ ਲਿਖਣ ਲਈ ਮੇਰਾ ਹੌਸਲਾ ਵੱਧਾ ਗਿਆ ਉਦੋਂ ਜੇ ਪਾਪਾ ਪ੍ਰੀਤਮ ਸਿੰਘ ਮੇਰੀਆਂ ਰਚਨਾਵਾਂ ਨਾ ਛਾਪਦਾ ਸੰਭਵ ਸੀ ਕਿ ਮੈਂ ਲਿਖਣੋਂ ਮੂੰ ਮੋੜ ਲੈਂਦਾ ਜਾਂ ਖੇਡਾਂ ਖਿਡਾਰੀਆਂ ਬਾਰੇ ਲਿਖਣ ਦੀ ਤਾਂ ਕੁਝ ਹੋਰ ਲਿਖਣ ਵੱਲ ਧੁਰ ਪੈਂਦਾ ਮੈਂ ਮੰਨਦਾ ਕਿ ਮੇਰੀ ਖੇਡ ਲੇਖਕ ਬਣਨ ਦੀ ਬੁਨਿਆਦ ਆਰਸੀ ਨੇ ਰੱਖੀ ਪਾਪਾ ਪ੍ਰੀਤਮ ਸਿੰਘ ਦਾ ਭਤੀਜਾ ਗੁਰਬਚਨ ਸਿੰਘ ਆਰਸੀ ਪਬਲਿਸ਼ਰਸ ਦੇ ਨਾਂ ਤੇ ਕਿਤਾਬਾਂ ਛਾਪਦਾ ਸੀ ਜਿਨੇ ਮੇਰੀ ਦੂਜੀ ਕਿਤਾਬ ਖੇਡ ਸੰਸਾਰ ਪ੍ਰਕਾਸ਼ਿਤ ਕੀਤੀ ਅਸਲ 'ਚ ਪਾਪਾ ਜੀ ਨੇ ਹੀ ਆਪਣੇ ਭਤੀਜੇ ਨੂੰ ਰੋਜ਼ਗਾਰ ਦਿੱਤਾ ਹੋਇਆ ਸੀ ਆਮ ਲੇਖਕ ਨਵਯੁਗ ਤੇ ਆਰਸੀ ਪਬਲਿਸ਼ਰ ਨੂੰ ਇੱਕੋ ਹੀ ਸਮਝਦੇ ਆਂ ਕਈ ਵਾਰ ਨਵਯੁਗ ਪ੍ਰੈਸ ਤੇ ਕਮਨ ਦਾ ਇਨਾ ਗਾੜ੍ਹ ਪੈ ਜਾਂਦਾ ਨਵਯੁਗ ਪਬਲਿਸ਼ਰਸ ਦੀਆਂ ਪੁਸਤਕਾਂ ਹੋਰ ਛਾਪੇਖਾਨਿਆਂ ਤੋਂ ਚੁਪਾਉਣੀਆਂ ਪੈਂਦੀਆਂ ਮੇਰੀ ਪਹਿਲੀ ਪੁਸਤਕ ਪੰਜਾਬ ਦੇ ਉੱਗੇ ਖਡਾਰੀ ਵਿਪ੍ਰੀਤ ਲੜੀ ਦੇ ਛਾਪੇਖਾਨੇ 'ਚ ਛਪੀ ਸੀ ਪਾਪਾ ਜੀ ਆਪਣੀ ਪ੍ਰੈਸ ਤੇ ਆਇਆ ਬਾਦੂ ਕਮ ਗਿਆਨੀ ਜਸਵੰਤ ਸਿੰਘ ਦੇ ਜਨਤਕ ਪ੍ਰੈਸ ਤੇ ਪਿਆਰਾ ਸਿੰਘ ਦਾਤਾ ਦੇ ਨੈਸ਼ਨਲ ਪ੍ਰੈਸ ਨੂੰ ਦਿੰਦੇ ਰਹਿੰਦੇ ਸੀ ਨਵਯੁਗ ਨੈਸ਼ਨਲ ਤੇ ਜਨਤਕ ਪ੍ਰੈਸਾਂ 'ਚ ਆਪਸੀ ਸਹਿਯੋਗ ਸੀ ਉਹਨਾਂ ਦੇ ਮਾਲਕਾਂ ਦੀ ਆੜੀ ਵੀ ਬੜੀ ਗੂੜੀ ਸੀ ਜਦੋਂ ਕਦੇ ਮੈਂ 1.5 2 ਵਜੇ ਨਵਯੁਗ ਦੇ ਦਫ਼ਤਰ ਜਾਣਾ ਤੇ ਵੇਖਣਾ ਕਿ ਪਾਪਾ ਜੀ ਪਿਆਰਾ ਸਿੰਘ ਦਾਤਾ ਤੇ ਗਿਆਨੀ ਜਸਵੰਤ ਸਿੰਘ ਦਫ਼ਤਰ ਦੀ ਪਰਛਤੀ ਤੇ ਬੈਠੇ ਇਕੱਠੇ ਖਾਣਾ ਛੱਕ ਰਹੇ ਹੁੰਦੇ 1.5 ਵਜੇ ਖਾਣਾ ਖਾਣ ਲਈ ਇਕੱਠੇ ਹੋਣਾ ਉਹਨਾਂ ਦਾ ਨੇਤਰ ਐਮਸੀ ਦੋ ਕੁ ਵਾਰ ਮੈਨੂੰ ਵੀ ਉਹਨਾਂ ਨਾਲ ਖਾਣਾ ਖਾਣ ਦਾ ਮੌਕਾ ਮਿਲਿਆ ਖਾਣਾ ਘਰੋਂ ਦੇਸੀ ਘਿਓ ਨਾਲ ਬਣਿਆ ਹੁੰਦਾ ਚਾਹ ਲਾਗ ਲਈ ਖੋਖੇ ਤੋਂ ਮੁੰਡੂ ਲੈ ਆਉਂਦਾ ਪਰਛਤੀ ਤੇ ਚੜਨ ਲਈ ਲੱਕੜ ਦੀ ਵਿੰਗੀ ਜੀ ਪੌੜੀ ਸੀ ਜਿਸ ਉੱਤੇ ਬੜਾ ਸੰਭਲ ਕੇ ਚੜਨਾ ਪੈਂਦਾ ਐਤਵਾਰ ਛੁੱਟੀ ਵਾਲੇ ਦਿਨ ਉਹ ਤਿੰਨੇ ਦੋਸਤ ਮੈਂ ਰੌਲੀ ਦੇ ਨਵਯੁਗ ਫਾਰਮ 'ਚ ਪਿਕਨਿਕ ਮਨਾਉਂਦੇ। ਉੱਥੇ ਘੁੰਮਦੇ ਫਿਰਦੇ, ਖਾਂਦੇ ਪੀਂਦੇ ਵਿੱਚ ਹੀ ਚਾਦਰ ਤੇ ਚੌਂਕੜੀਆਂ ਮਾਰ ਕੇ ਤਾਸ਼ ਖੇਡਦੇ। ਕਾਰੋਬਾਰੀ ਭਾਪਿਆਂ ਦੀ ਅਜਿਹੀ ਦੋਸਤੀ ਤੇ ਵੇਖਣ ਵਾਲਿਆਂ ਨੂੰ ਰਸ ਸ਼ਕਾਉਂਦਾ। ਪੱਪਾ ਪ੍ਰੀਤਮ ਸਿੰਘ ਮੁਨੀਮ ਤੇ ਗ੍ਰੰਥੀ ਬਣਨ ਪਿਛੋਂ 18 ਸਾਲ ਦੀ ਉਮਰ 'ਚ ਪ੍ਰੈਸ ਦਾ ਕੰਪੋਜ਼ੀਟਰ ਬਣ ਗਿਆ ਸੀ। ਅੰਮ੍ਰਿਤਸਰ ਮੱਜ਼ੀ ਦੇ ਛਾਪੇਖਾਨੇ 'ਚੋਂ 12-12 ਘੰਟੇ ਖੜਾ ਖੜੋਤਾ ਅੱਖਰ ਬੀੜਦਾ ਰਹਿੰਦਾ ਜਿਸ ਬਦਲੇ ਉਹਨੂੰ ਨਾ ਮਾਤਰ ਤਨਖਾਹ ਮਿਲਦੀ ਐਸੇ ਪ੍ਰੈਸ ਚੋਂ ਮੁੱਢਲਾ ਤਜਰਬਾ ਹਾਸਲ ਕਰਕੇ ਉਹ ਗਾਂਵਦਿਆ ਲਾਹੌਰ ਜਾ ਕੇ ਗਿਆਨੀ ਹੀਰਾ ਸਿੰਘ ਦਰਦ ਤੇ ਫੁਲਵਾੜੀ ਪ੍ਰੈਸ 'ਤੇ ਕੰਮ ਕੀਤਾ ਉਸ ਸਿੱਕੇ ਦੇ ਅੱਖਰ ਬੀੜਦਾ ਬੰਨਦਾ ਤੇ ਹੌਲੇ ਜੁਸੇ ਨਾਲ ਭਾਰੇ ਫਰਮੇ ਮੋਢੇ ਤੇ ਚੁੱਕ ਕੇ ਮਸ਼ੀਨ 'ਤੇ ਚੜ੍ਹਦਾ ਮੁੜਕੋ ਮੁੜਕੀ ਹੋ ਜਾਂਦਾ ਉਹਦੇ ਦਸਨ ਮੁਜਬ ਉਦੋਂ ਉਹਨੂੰ ਰਾੜੇ ਲੱਗ ਰਹੇ ਸੰਤ ਉਹਦਾ ਸਰੀਰਕ ਵਜ਼ਨ ਉਦੋਂ ਮਸੀ ਸਵਾ ਮਣ ਸੀ ਜੋ ਡੇਢ ਮਣ ਤੋਂ ਕਦੇ ਵੀ ਨਾ ਵੱਧ ਸਕਿਆ ਪਰ ਉਹਦੀਆਂ ਹੱਡੀਆਂ ਸਟੀਲ ਦੀਆਂ ਬੜੀਆਂ ਹੋਈਆਂ ਸਨ ਅੰਮ੍ਰਿਤਸਰ ਦੇ ਲੇਖਕ ਦੇ ਛਾਪੇਖਾਨੇਾਂ 'ਚ ਕੰਮ ਕਰਕੇ ਉਹ ਕੁਝ ਸਮਾਂ ਅਕਾਲੀ ਪੱਤਰਕਾ ਅਖਬਾਰ ਬੀੜਦਾ ਰਿਹਾ ਤੇ ਫਿਰ ਗੁਰਬਖਸ਼ ਸਿੰਘ ਪ੍ਰੀਤਲੜੀਪਾਸ ਪ੍ਰੀਤਨਗਰ ਆ ਗਿਆ ਗੁਰਬਖਸ਼ ਸਿੰਘ ਨੇ ਉਹਦੀ ਚੰਗੀ ਕਾਰਗੁਜ਼ਾਰੀ ਵੇਖ ਕੇ ਉਹਨੂੰ ਪ੍ਰੀਤਲੜੀ ਛਾਪੇਖਾਨੇ ਦਾ ਇੰਚਾਰਜ ਬਣਾ ਦਿੱਤਾ ਪ੍ਰੀਤਨਗਰ ਜੀ ਪਿਆਰਾ ਸਿੰਘ ਸਹਰਾਈ ਦਸਵੰਤ ਸਿੰਘ ਤੇ ਪਿਆਰਾ ਸਿੰਘ ਦਾਤਾ ਉਹਦੇ ਮਿੱਤਰ ਬਣੇ। ਦੇਸਵੰਦ ਵਿਚੋਂ ਪ੍ਰੀਤਨਗਰ ਉੱਜੜਨਾ ਸ਼ੁਰੂ ਹੋ ਗਿਆ। ਸਾਰੇ ਜਣੇ ਦਿੱਲੀ ਚਲੇ ਗਏ। ਉਨਹੀਂ ਦਿਨੀ ਮਹਿੰਦਰ ਸਿੰਘ ਰੰਦਾਵਾ ਦਿੱਲੀ ਦਾ ਡਿਪਟੀ ਕਮਿਸ਼ਨਰ ਸੀ। ਉਹਨੇ ਗੁਰਬਖਸ਼ ਸਿੰਘ ਤੇ ਪ੍ਰੀਤਮ ਸਿੰਘ ਹੋਰਾਂ ਦੀ ਮੌਕੇ ਤੇ ਮਦਦ ਕਰਦਿਆਂ ਖਾਲੀ ਥਾਵਾਂ ਲੋਟ ਕੀਤੀਆਂ। ਪ੍ਰੀਤ ਲੜੀ ਲਈ ਛਾਪਖਾਨਾ ਲੱਗ ਗਿਆ। ਕੁਝ ਸਮੇਂ ਬਾਅਦ ਗੁਰਬਖਸ਼ ਸਿੰਘ ਤੇ ਨਵਤੇਜ ਹੋਰੀ ਛਾਪਖਾਨਾ ਪ੍ਰੀਤਮ ਸਿੰਘ ਨੂੰ ਵੇਚ ਕੇ ਵਾਪਸ ਪ੍ਰੀਤਨਗਰ ਮੁੜ ਗਏ। ਪਾਪਾ ਜੀ ਦਾ ਪ੍ਰੈਸ ਦਾ ਕੰਮ ਰੇਡ ਲਿਆ ਤੇ 54 ਹੌਜ ਖਾਸ ਵਿੱਚ ਆਪਣਾ ਘਰ ਬਣਾ ਲਿਆ ਨਾਲ ਹੀ ਅਮਰਤਾ ਪ੍ਰੀਤਮ ਦਾ ਘਰ ਸੀ ਉਸੇ ਘਰ ਚ ਅਮਰਤਾ ਨੇ ਆਪਣੇ ਸੁਆਸਤੇ ਅੱਗੇ ਬਾਅਦ ਚੋ ਮਕਾਨ ਅਮਰਤਾ ਦੀ ਔਲਾਦ ਨੇ ਵੇਚ ਦਿੱਤਾ ਪੰਜਾਬ ਦੀ ਮਹਾਨ ਲੇਖਕਾ ਦਾ ਯਾਦਗਾਰੀ ਘਰ ਵਿਕਣ ਉਤੇ ਕਈਆਂ ਨੇ ਰੌਲਾ ਗੋਲਾ ਤਾਂ ਕਾਫੀ ਪਾਇਆ ਪਰ ਕੀਤਾ ਕੁਝ ਨਾ ਹੁਣ ਉੱਥੇ ਕੋਈ ਨਾਂ ਨਿਸ਼ਾਨ ਨਹੀਂ ਜਿਸ ਤੋਂ ਪਤਾ ਲੱਗੇ ਪੰਜਾਬੀ ਦੀ ਨਾਮਵਰ ਕਵਿਤਰੀ ਦਾ ਘਰ ਸੀ ਪਾਪਾ ਪ੍ਰੀਤਮ ਸਿੰਘ ਦੀ ਪਤਨੀ ਦਿਲਜੀਤ ਕੌਰ ਕ੍ਰੇਲੂ ਸੁਆਣੀ ਸੀ ਜਿਨੇ ਅਮਨ ਲਹਿਰ ਚ ਵਿਸ਼ੇਸ਼ ਯੋਗਦਾਨ ਪਾਇਆ ਉਹਨੇ ਅਮਨ ਦਸਤਾਵੇਜ਼ ਤੇ ਲੱਖਾਂ ਲੋਕਾਂ ਦੇ ਦਸਖਤ ਕਰਾਏ ਸਨ ਪਾਪਾ ਜੋੜੀ ਦੇ ਤਿੰਨ ਧੀਆਂ ਆਸ਼ਮਾ ਰਿਣੁਕਾ ਤੇ ਜਯੋਤਸਨਾ ਸਨ ਆਸ਼ਮਾ ਦੀ ਮ੍ਰਿਤੂ ਹੋ ਚੁੱਕੀ ਹੈ ਰਿਣੁਕਾ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਚ ਪ੍ਰੋਫੈਸਰ ਹੈ ਤੇ ਜਯੋਤਸਨਾ ਅਮਰੀਕਾ ਚ ਵਸਾਈ ਹੋਈ ਹੈ ਅੱਗੇ ਉਹਨਾਂ ਦੇ ਬੱਚੇ ਹਨ ਦਲਜੀਤ ਕੌਰ ਪਤੀ ਤੋਂ ਪਹਿਲਾਂ ਹੀ ਪਰਲੋਕ ਸਦਾਰ ਗਈ ਸੀ ਪਾਪਾ ਜੀ ਨੇ 1948 ਚ ਪ੍ਰੈਸ ਖਰੀਦਿਆ ਸੀ 1951 ਚ ਨਵਯੁਗ ਪ੍ਰਕਾਸ਼ਨ ਸ਼ੁਰੂ ਕੀਤਾ ਸੀ ਤੇ ਅਪ੍ਰੈਲ 1958 ਚ ਰਸਾਲਾ ਆਰਸੀ ਕੱਢਿਆ ਜੋ 2000 ਤੱਕ ਮਹੀਨੇਵਾਰ ਨਿਕਲਦਾ ਰਿਹਾ ਉਹਦੀ ਸੰਪਾਦਨਾ ਚ ਅਮਰਤਾ ਪ੍ਰੀਤਮ ਕੁਲਬੀਰ ਸਿੰਘ ਕਾਂਗ ਸੁਖਬੀਰ ਵਰਗੇ ਸਾਥਕਾਰ ਯੋਗਦਾਨ ਪਾਉਂਦੇ ਰਹੇ ਉਸ ਵਿੱਚ ਕਰਤਾਰ ਸਿੰਘ ਦੁੱਗਲ ਜਸਵੰਤ ਸਿੰਘ ਕਬਲ ਦਵਿੰਦਰ ਸਤਿਆਰਥੀ ਬਲਵੰਤ ਗਾਰਗੀ ਰਜਿੰਦਰ ਸਿੰਘ 베ਦੀ 바ਵਾ ਬਲਵੰਤ ਸੰਤੋਖ ਸਿੰਘ ਤੇ ਡਾਕਟਰ ਹਰਪਜਨ ਸਿੰਘ ਕੁਲਵੰਤ ਸਿੰਘ ਵਿਰਕ ਗੋਲਜ਼ਾਰ ਸਿੰਘ ਸੰਧੂ ਅਜੀਤ ਕੌਰ ਬੇਅੰਤ ਕੌਰ ਸਫੀਰ ਗੁਰਦੇਵਾਲ ਸਿੰਘ ਗੁਰਬਚਨ ਸਿੰਘ ਭੁੱਲਰ ਗੁਰਦੇਵ ਰੂਪਾਣਾ ਸਿੱਧੂ ਦਬਨਮੀ ਬੁੱਟਾ ਸਿੰਘ ਸ਼ਾਦ ਨਵਤੇਜਪੁਰਾ ਦੀ ਦਿওল ਤੇ ਸ਼ਿਵ ਕੁਮਾਰ ਬਟਾਲਵੀ ਯਾਦ ਮੰਨੇ ਪਰ ਮੰਨੇ ਲੇਖਕਾਂ ਤੇ ਸ਼ਾਇਰਾਂ ਦੀਆਂ ਰਚਨਾਵਾਂ ਛਪਦੀਆਂ ਨਵਯੁਗ ਪ੍ਰਕਾਸ਼ਨ ਦੀਆਂ ਕਿਤਾਬਾਂ ਦੀ ਸੂਚੀ ਰਿਵਿਊ ਤੇ ਇਸ਼ਤਿਹਾਰ ਛਪਦੇ ਪਾਠਕ ਉਸ ਰਸਾਲੇ ਦੀ ਤੀਬਰਤਾ ਨਾਲ ਉਠੀ ਕਰਦੇ ਅਖੀਰ ਪਾਪਾ ਪ੍ਰੀਤਮ ਸਿੰਘ ਨੇ ਆਪਣੀ ਡਿਗਰੀ ਸਿਹਤ ਦੇ ਕਾਰਨ ਆਰਸੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਪਰ ਪਾਟਕਾਂ ਨੇ ਪੂਰੀ ਤਰ੍ਹਾਂ ਬੰਦ ਨਹੀਂ ਸੀ ਹੋਣ ਦਿੱਤਾ। ਉਹਦੀ ਥਾਂ ਕੁਝ ਸਮਾਂ ਲਖਤਮ ਨਵਯੁਗ ਨਾਂ ਦੀ ਪੱਤਰਕਾਰ ਨਿਕਲਦੀ ਰਹੀ। ਹੁਣ ਜੇ ਇਹ ਸਭ ਨੂੰ ਪਤਾ ਸੀ ਕਿ ਨਵਯੁਗ ਪ੍ਰੈਸ ਤੇ ਆਰਸੀ ਪਾਪਾ ਜੀ ਦੇ ਨਾਲ ਹੀ ਹਨ। ਪਾਪਾ ਜੀ ਦਾ ਰਹਿਣ ਸਹਿਣ ਸਾਦਾ, ਸਵੱਛ ਤੇ ਨਿਯਮਬੱਧ ਸੀ। ਉਸ ਸੁੱਕ ਦੇ ਸਵੇਕ ਤੇ ਉੱਠਦਾ ਟਹਿਲਦਾ ਯੋਗ ਦੀਆਂ ਕਸਰਤਾਂ ਕਰਦਾ ਇਸ਼ਨਾਨ ਪਾਣੀ ਉਪਰੰਤ ਦੇਸੀ ਨਾਸ਼ਤਾ ਕਰਦਾ ਜਸਟ ਦੁੱਧ ਦਹੀਂ ਤੇ ਫਲ ਹੁੰਦੇ ਨਾਲ ਨਵਯੁਗ ਫਾਰਮ ਦੀਆਂ ਗਾਜਰਾ ਮੂਲੀਆਂ ਹੁੰਦੀਆਂ ਉਸ ਕੋਲ ਮਹਿਮਾਨਾਂ ਦਾ ਆਉਣ ਜਾਣ ਬਣਿਆ ਰਹਿੰਦਾ ਦਲਜੀਤ ਘਰ ਸੇਵਾ ਪਾਉ ਵਾਲੀ ਸਵਾਣੀ ਸੀ ਪਾਪਾ ਜੀ ਦਾ ਸੋਵੀਅਤ ਅੰਬੈਸੀ ਨਾਲ ਨੇੜਲਾਬਾ ਸੀ ਅੰਬੈਸੀ ਦੇ ਅਫਸਰਾਂ ਦੀ ਪ੍ਰੋਣਚਾਰੀ ਕਰਦਾ ਸਬੰਧ ਵਧਾਉਂਦਾ ਰਹਿੰਦਾ ਸੋਵੀਅਤ ਦੇਸ਼ ਤੇ ਸੋਵੀਅਤ ਦਰਪਣ ਨਵਯੁਗ ਪ੍ਰੈਸ ਤੋਂ ਛਪਦੇ ਉਹ ਲੋੜਵੰਦ ਲੇਖਕਾਂ ਨੂੰ ਪ੍ਰਗਤੀ ਪ੍ਰਕਾਸ਼ਨ ਦੇ ਅਨੁਵਾਦ ਦਾ ਕੰਮ ਦਵਾ ਦਿੰਦਾ ਜਿਸ ਕਰਕੇ ਉਹਨੂੰ ਸੋਵੀਅਤ ਪੁਸਤਕਾਂ ਦੇ ਅਨੁਵਾਦ ਦਾ ਵਿਚੋਲਾ ਕਿਹਾ ਜਾਂਦਾ ਜਗਜੀਤ ਸਿੰਘ ਆਨੰਦ ਬਾਰੇ ਕਿਹਾ ਜਾਂਦਾ ਹੈ ਅਨੁਵਾਦਕ ਵੀ ਵਧੀਆ ਹੈ ਤੇ ਅਨੁਵਾਦ ਕਰਨ ਵਾਲੀਆਂ ਸਾਮੀਆਂ ਦਾ ਆੜਤੀਆ ਵੀ ਵਧੀਆ ਹੈ ਲੱਗਦਾ ਹੈ ਜਿਹੀ ਗੱਲ ਬਲਵੰਤ ਗਾਰਗੀ ਨੇ ਕੀਤੀ ਹੋਏਗੀ ਆੜਤੀਆ ਸ਼ਬਦ ਗਾਰਗੀ ਹੀ ਵਰਤ ਸਕਦਾ ਹੈ ਜਿਸ ਦੇ ਆਪਣੇ ਹੱਡਾਂ 'ਚ ਅੜਤ ਸੀ ਇੱਕ ਵਾਰ ਮੈਂ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਆਰਟੀਕਲ ਲਿਖਿਆ ਤੇ ਛਪਣ ਲਈ ਆਰਸੀ ਨੂੰ ਭੇਜ ਦਿੱਤਾ ਬਾਅਦ ਚ ਮੈਨੂੰ ਖੇਡਾਂ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਪ੍ਰੀਤ ਲੜੀ ਨੂੰ ਭੇਜਣਾ ਚਾਹੀਦਾ ਸੀ ਕਈ ਸਾਲ ਪਹਿਲਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਖੁਦ ਕਿਲਾ ਰਾਏਪੁਰ ਦੀਆਂ ਖੇਡਾਂ ਵੇਖ ਕੇ ਆਏ ਸਨ ਪ੍ਰਬੰਧਕ ਸਮਝਦੇ ਸਨ ਪ੍ਰੀਤ ਲੜੀ ਤੇ ਛਪਣ ਨਾਲ ਖੇਡਾਂ ਦਾ ਵਧੇਰੇ ਲੋਕਾਂ ਨੂੰ ਪਤਾ ਲੱਗੇਗਾ ਕਿ ਕਿ ਉਹਦੀ ਇਸ਼ਾਇਤ ਵੱਧ ਸੀ ਉਹਨਾਂ ਦੇ ਆਖੇ ਮੈਂ ਆਪਣਾ ਆਰਟੀਕਲ ਦੀ ਇੱਕ ਕਾਪੀ ਪ੍ਰੀਤ ਲੜੀ ਨੂੰ ਵੀ ਭੇਜ ਦਿੱਤੀ ਆਰਟੀਕਲ ਇੱਕੋ ਮਹੀਨੇ ਦੋਹਾਂ ਪਰਚੇ ਚ ਛਪ ਗਿਆ ਬਾਦ ਚ ਮੈਨੂੰ ਪਾਪਾ ਜੀ ਦੇ ਮਿੱਠੇ ਉਲੰਬੇ ਦੀ ਚਿੱਠੀ ਮਿਲੀ ਕਿ ਆਰਸੀ ਵਾਲਾ ਆਰਟੀਕਲ ਹੀ ਤੁਸੀਂ ਪ੍ਰੀਤ ਲੜੀ ਨੂੰ ਭੇਜ ਦਿੱਤਾ ਨਾਲ ਲਿਖਿਆ ਕਿ ਚਲੋ ਜਿਵੇਂ ਤੁਹਾਨੂੰ ਚੰਗਾ ਲੱਗੇ ਮੈਂ ਇਸ਼ਾਰਾ ਸਮਝ ਗਿਆ ਕਿ ਪਾਪਾ ਜੀ ਨਹੀਂ ਸੰਚਾਉਂਦੇ ਭੀ ਆਰਸੀ ਵਾਲਾ ਆਰਟੀਕਲ ਕਿਤੇ ਹੋਰ ਭੇਜਿਆ ਜਾਂਦਾ ਉੱਤਰ ਚ ਮੈਂ ਅਸਲੀਅਤ ਦੱਸੀ ਕਿ ਕਿਵੇਂ ਉਹ ਕਿਲਾ ਰਾਏਪੁਰੀਆ ਦੇ ਕਹਿਣ ਤੇ ਪ੍ਰੀਤ ਲੜੀ ਨੂੰ ਭੇਜਣਾ ਪਿਆ ਸੀ ਨਾਲੇ ਵੀ ਲਿਖ ਦਿੱਤਾ ਕਿ ਤੁਸੀਂ ਤਾਂ ਮੈਨੂੰ ਆਰਸੀ ਦੀ ਕੰਪਲੀਮੈਂਟਰੀ ਕਾਪੀ ਵੀ ਨਹੀਂ ਭੇਜਦੀ ਮੈਂ ਤਾਂ ਆਪਣੇ ਛਪੇ ਹੋਏ ਆਰਟੀਕਲ ਵੀ ਆਰਸੀ ਦਾ ਪਰਚਾ ਖਰੀਦ ਕੇ ਪੜਦਾ ਫਿਰ ਉਹਨਾਂ ਦਾ ਪੱਤਰ ਆਇਆ ਕਿ ਮੈਂ ਰਿਕਾਰਡ ਚੈੱਕ ਕਰਾਇਆ ਸੱਚਮੁੱਚ ਹੀ ਤੁਹਾਨੂੰ ਆਰਸੀ ਨਹੀਂ ਪਹੁੰਚਾਇਆ ਜਾਂਦਾ ਰਿਹਾ ਤੁਸੀਂ ਵੀ ਪਹਿਲਾਂ ਕਦੇ ਨਹੀਂ ਦੱਸਿਆ ਉਹਨਾਂ ਨੇ ਆਪਣੇ ਸਟਾਫ ਵੱਲੋਂ ਹੁੰਦੀ ਰਹੀ ਕੋਤਾਈ ਦਾ ਦਿਲੋਂ ਅਫਸੋਸ ਪ੍ਰਗਟ ਕੀਤਾ ਫਿਰ ਆਰਸੀ ਮੈਨੂੰ ਡਾਕ ਰਾਹੀਂ ਉਦੋਂ ਤੱਕ ਕੰਪਲੀਮੈਂਟਰੀ ਆਉਂਦਾ ਰਿਹਾ ਜਦੋਂ ਤੱਕ ਕੋਈ ਚੱਲਦਾ ਰਿਹਾ ਇਹ ਜੁਦਾ ਗੱਲ ਹੈ ਕਿ ਮੈਂ ਭਾਵੇਂ ਬਾਅਦ ਵਿੱਚ ਸੱਚਤਰ ਕੌਮੀ ਇਕਤਾ ਦਾ ਕਾਲਮ ਨਵੀਸ ਬਣ ਗਿਆ ਸੀ ਪਾਪਾ ਪ੍ਰੀਤਮ ਸਿੰਘ ਨੇ ਆਰਸੀ ਦਾ ਸੰਪਾਦਨ ਤੇ ਪ੍ਰਕਾਸ਼ਨ ਪੂਰੀ ਰੀਜਨਲ ਕੀਤਾ ਪਰਚਾ ਦੇਸ਼ ਵਿਦੇਸ਼ ਦੂਰ ਦੂਰ ਤੱਕ ਪਹੁੰਚਾਇਆ ਜਾਂਦਾ ਰਾਚਨਿਕਾ ਮੁਸ਼ਕਿਲਾਂ ਆ ਪਰ ਹਿੰਮਤ ਨਹੀਂ ਹਾਰੀ ਪਰਚਾ ਬੰਦ ਹੁੰਦਾ ਹੁੰਦਾ ਵੀ ਤੋਰੀ ਜਾਂਦੇ ਘਾਟੇ ਵਾਦੇ ਸਹੀ ਜਾਂਦੇ ਕਿਤਾਬਾਂ ਕਲਾਤਮਕ ਤੇ ਸੁੰਦਰ ਛਾਪ ਦੇ ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ਤੇ ਵਧੀਆ ਚਪਾਈ ਦੇ ਪੁਰਸਕਾਰ ਮਿਲਦੇ ਪੰਜਾਬੀ ਪੁਸਤਕਾਂ ਦੇ ਮਾਣ ਸਨਮਾਨ ਵਿੱਚ ਵਾਧਾ ਹੁੰਦਾ ਜਾਂਦਾ ਪੁਸਤਕਾਂ ਦੀ ਸੁੰਦਰ ਛਪਾਈ ਦੇ ਜਿੰਨੇ ਅਵਾਰਡ ਨਵਯੁਗ ਪ੍ਰੈਸ ਨੂੰ ਮਿਲੇ ਭਾਰਤ ਦੀ ਸ਼ਾਇਦ ਹੀ ਕਿਸੇ ਹੋਰ ਪਾਸ਼ਾ ਦੇ ਪ੍ਰੈਸ ਨੂੰ ਮਿਲੇ ਹੋਣ ਦਸੰਬਰ 1981 ਚ ਮੈਂ ਪੰਜਾਬੀ ਟ੍ਰਿਬਿਊਨ ਲਈ ਬੰਬਈ ਦਾ ਵਰਲਡ ਹਾਕੀ ਕੱਪ ਕਵਰ ਕਰਨ ਗਿਆਤਾ ਮੁਰਦਿਆਂ ਦਿੱਲੀ ਆ ਰੁਕਿਆ ਜਸਵੰਤ ਸਿੰਘ ਕਵਲ ਨੇ ਸਾਹਿਤ ٹرسٹ ਢੀਕੇ ਵੱਲੋਂ ਦਿੱਲੀ ਦੇ ਦੋ ਲੇਖਕਾਂ ਨੂੰ 바ਵਾ ਬਲਵੰਤ ਤੇ ਬਲਰਾਸ ਸਾਨੀ ਪੁਰਸਕਾਰ ਦੇਣੇ ਸਨ ਪਾਪਾ ਪ੍ਰੀਤਮ ਸਿੰਘ ਵੀ ਢੀਕੇ ٹرسٹ ਦਾ ਮੈਂਬਰ ਸੀ ਮੈਂ ਸਟੇਸ਼ਨ ਤੋਂ ਨਵਯੁਗ ਦੇ ਦਫ਼ਤਰ ਚਲਾ ਗਿਆ ਪਾਪਾ ਪ੍ਰੀਤਮ ਸਿੰਘ ਪਹਿਲਾਂ ਵਾਂਗ ਇੱਛੜਦੀ ਕਲਾਜ ਸਨ ਉਹੀ ਸਫੈਦ ਨਾਮ ਧਾਰੀ ਬਣਾ ਉਹੀ ਪੋਛਵੀ ਪੱਗ ਉਹੀ ਕਾਲੀ ਬਾਸਕਟ ਉਹੀ ਮਧੁਰ ਬੋਲ ਤੇ ਉਹੀ ਮਨ ਪਹੁਣੀ ਮੁਸਕਰਾਟ ਉਥੇ ਕੁਝ ਪੁਰਾਣੇ ਬੇਲੀਆਂ ਨਾਲ ਮੇਲ ਹੋਇਆ ਤੇ ਪੁਰਾਣੀਆਂ ਗੱਲਾਂ ਚੇਤੇ ਆਈਆਂ ਦਵਿੰਦਰ ਸਤਿਆਰਥੀ ਟੈਗੋਰ ਵਾਲਾ ਰੂਪ ਧਾਰੀ ਉਹ ਹੋ ਜਾਈ ਸੀ ਜਿਹੋ ਜਿਹਾ ਕਈ ਸਾਲ ਪਹਿਲਾਂ ਸੀ ਸ਼ੰਗਾਰਾ ਸਿੰਘ ਭੁੱਲਰ ਵੀ ਉਥੇ ਸੀ ਉਹਨੇ ਸਮਾਗਮ ਵਾਲੀ ਜਗ੍ਹਾ ਤੇ ਜਾਣ ਲਈ ਮੈਨੂੰ ਪਾਪਾ ਜੀ ਦੀ ਕਾਰ 'ਚ ਬਿਠਾ ਦਿੱਤਾ ਕਾਰ ਚ ਬੈਠ ਕੇ ਅਸੀਂ ਸਮਗਮ ਮੋੜੀ ਤਾਂ ਚੱਲ ਪਏ ਮੈਂ ਡਰਾਈਵਰ ਦੇ ਬਰਾਬਰ ਬੈਠਾ ਸੀ ਤੇ ਪਾਪਾ ਪ੍ਰੀਤਮ ਸਿੰਘ ਪਿਆਰਾ ਸਿੰਘ ਸਹਰਾਈ ਤੇ ਪ੍ਰਿੰਸੀਪਲ ਪ੍ਰੀਤਮ ਸਿੰਘ ਪਿੱਛੇ ਬੈਠੇ ਸਨ ਤਿੰਨਾਂ ਦੀਆਂ ਚਿੱਟੀਆਂ ਦਾੜੀਆਂ ਤੇ ਚਿੱਟੀਆਂ ਹੀ ਪੱਗਾ ਪੰਜਾਬੀ ਜ਼ੁਬਾਨ ਤੇ ਸਾਹਿਦ ਦੇ ਬਾਬੇ ਬੋੜ ਅੱਧਾ ਘੰਟੇ ਦਾ ਸਫ਼ਰ ਸੀ ਤੇ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਵਾਲੀਆਂ ਸਨ ਗੱਲਾਂ ਚੱਲ ਪਈਆਂ ਪੰਜਾਬ ਦੀਆਂ ਆਰਥਿਕ ਰਾਜਸੀ ਧਾਰਮਿਕ ਮੰਗਾਂ ਦੀਆਂ ਉਹਨਾਂ ਦਿਨਾਂ ਚ ਅਕਾਲੀਆਂ ਦਾ ਮੋਰਚਾ ਲੱਗਾ ਸੀ ਤਿੰਨੇ ਬਜ਼ੁਰਗ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਕੋਸ ਰਹੇ ਸਨ ਤਿੰਨੇ ਸਹਿਮਤ ਸਨ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ ਕਿਸਾਨਾਂ ਦੀਆਂ ਜਿੰਨਸਾਂ ਦੇ ਵੀ ਪੂਰੇ ਭਾਰ ਨਹੀਂ ਦਿੱਤੇ ਜਾ ਰਹੇ ਪ੍ਰਧਾਨ ਮੰਤਰੀ ਕਦੇ ਮੰਗਾ ਮੰਨ ਲੈਂਦੀ ਸੀ ਕਦੇ ਵਫਦਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀ ਸੀ ਦਿਨੋ ਦਿਨ ਸੂਬੇ ਤੇ ਕੇਂਦਰ ਦਾ ਕਲੇਸ਼ ਵਧ ਰਿਹਾ ਸੀ ਖੁੰਡ ਚਰਚਾ ਵਰਗੀ ਇਸ ਗੱਲ ਬਾਤ 'ਚ ਸੰਤ ਸੁਭਾ ਪਿਆਰਾ ਸਿੰਘ ਸਹਰਾਈ ਕਹਿਣ ਲੱਗਾ ਇਹ ਬੰਮਣੀ ਨਹੀਂ ਪੰਜਾਬੀਆਂ ਤੋਂ ਚੁੰਡੀ ਵਣਾਉਂਦੀ ਮੈਂ ਮਨ ਤੇ ਹੱਸਿਆ ਕਿ ਲੋ ਸੁਣ ਲਾ ਬਾਬੇ ਦਾ ਸ਼ਲੋਕ ਸਬੱਬ ਨਾਲ ਰਲ ਬੈਠੇ ਉਹਨਾਂ ਬਜ਼ੁਰਗਾਂ ਨੇ ਹੋਰ ਵੀ ਕਈ ਇਹੋ ਜੀਆਂ ਗੱਲਾਂ ਕੀਤੀਆਂ ਜਿਨ੍ਹਾਂ ਤੋਂ ਪਤਾ ਲੱਗਾ ਕਿ ਉਹ ਕੇਂਦਰੀ ਸਰਕਾਰ ਤੋਂ ਕਿੰਨੇ ਔਖੇ ਸਨ ਹੋ ਸਕਦਾ ਆ ਰਹੇ ਬੁੱਢਾਪੇ ਤੋਂ ਵੀ ਦੁਖੀ ਹੋਣ ਉਹ ਸੂਬਿਆਂ ਦੀ ਖੁਦਮੁਖਤਿਆਰੀ ਦੀ ਮੰਗ ਦੇ ਹੱਕ 'ਚ ਦਲੀਲਾਂ ਦੇਣ ਲੱਗੇ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਦਾ ਛੋਰਾ ਚੋਰੀ ਗਏ ਮੇਰੇ ਲਈ ਉਹਨਾਂ ਵੱਡਿਆਂ ਦਾ ਸਾਥ ਮਾਣਨਾ ਸੁਭਾਗ ਦੀ ਗੱਲ ਸੀ ਪਿਆਰਾ ਸਿੰਘ ਸਹਰਾਈ ਦੇ ਬਚਪਨ ਚ ਪੋਲੀਓ ਹੋ ਜਾਣ ਨਾਲ ਇੱਕ ਲੱਤ ਚ ਕੱਜ ਪੈ ਗਿਆ ਸੀ ਜਿਸ ਕਰਕੇ ਵਿਆਹ ਨਹੀਂ ਸੀ ਹੋਇਆ ਉਹ ਬੁਢਾਪੇ ਦੇ ਦਿਨ ਪਾਪਾ ਪ੍ਰੀਤਮ ਸਿੰਘ ਕੋਲ ਘਟ ਰਿਹਾ ਸੀ ਤੇ ਪਾਪਾ ਹੀ ਦਾ ਸੁਭਾ ਲੋੜਵੰਦਾਂ ਦਾ ਸਹਾਈ ਹੋਣਾ ਸੀ ਉਹਨਾਂ ਦੀ ਦੋਸਤੀ ਉਮਰ ਭਰ ਨਿਭੀ ਉੰਜ ਤਾਂ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਦਾ ਬਾਨੀ ਗਿਆਨੀ ਕੁਲਦੀਪ ਸਿੰਘ ਸੀ ਤੇ ਸਭਾ ਦੀਆਂ ਮੀਟਿੰਗਾਂ ਗਿਆਨੀ ਹਰੀ ਸਿੰਘ ਦੇ ਘਰ ਹੁੰਦੀਆਂ ਸਨ ਪਰ ਸਭਾ ਦਾ ਆਪਣਾ ਭਵਨ ਬਣਾਉਣ 'ਚ ਪਾਪਾ ਪ੍ਰੀਤਮ ਸਿੰਘ ਨੇ ਬੜੀ ਉਸਾਰੂ ਭੂਮਿਕਾ ਨਿਭਾਈ। ਉਹਨੂੰ ਪੰਜਾਬੀ ਭਵਨ ਦਾ ਬਾਨੀ ਕਿਹਾ ਜਾ ਸਕਦਾ ਹੈ। ਉਹਦਾ ਨੀਂਹ ਪੱਥਰ 1955 'ਚ ਰਖਾਇਆ। ਆਖਰੀ ਦਮ ਤੱਕ ਸਰਪ੍ਰਸਤੀ ਦਿੱਤੀ। ਸੋਵੀਅਤ ਰੂਸ ਦੇ ਕਲਾਸਿਕਲ ਸਾਹਿਤ ਨੂੰ ਪੰਜਾਬੀ 'ਚ ਪ੍ਰਕਾਸ਼ਿਤ ਕਰਨ ਦਾ ਸਿਹਰਾ ਵੀ ਉਹਦੇ ਸਿਰ ਹੈ। ਪੰਜਾਬੀ ਲਈ ਮਿਸਾਲੀ ਕੰਮ ਕਰਨ ਬਦਲੇ 2001 'ਚ ਉਹਨੂੰ ਪੰਜਾਬੀ ਸਾਹਿਤ ਅਕੈਡਮੀ ਨੇ ਫੈਲੋਸ਼ਿਪ ਦੇ ਕੇ نوازਿਆ। ਦਲਦੀ ਉਮਰ ਚੋ ਮਹਿਰੋਲੀ ਨੇੜੇ ਆਪਣੇ ਨਵਯੁਗ ਫਾਰਮ ਤੇ ਲੇਖਕਾਂ ਲਈ ਧੁੱਪ ਦੇ ਮਹਿਫਿਲ ਸਜਾਉਣ ਲੱਗ ਪਿਆ ਸੀ ਇਹ ਮਹਿਫਿਲ ਜਨਵਰੀ ਫਰਵਰੀ ਦੇ ਮਹੀਨੇ ਸਜਦੀ ਉਥੇ ਨਵੇਂ ਤੇ ਪੁਰਾਣੇ ਲੇਖਕ ਨਵੇਂ ਸਾਲ ਇਕੱਠੇ ਹੁੰਦੇ ਖੁਸ਼ੀਆਂ ਗਮੀਆਂ ਸਾਂਝੀਆਂ ਕਰਦੇ ਕੋਈ ਪੰਜਾਬ ਤੋਂ ਪਹੁੰਚਦਾ ਕੋਈ ਵਿਦੇਸ਼ੋਂ ਪਰਦਾ ਤੇ ਕੋਈ ਕਲਕੱਤੇ ਮੁੰਬਈ ਤੋਂ ਆਉਂਦਾ ਉਥੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤੇ ਹੋਰ ਵਿਸ਼ੇਸ਼ ਵਿਅਕਤੀ ਵੀ ਪਹੁੰਚਦੇ ਰਹੇ ਲੇਖਕਾਂ ਤੇ ਕਵੀਆਂ ਦਾ ਮੇਲਾ ਲੱਗ ਜਾਂਦਾ ਕੋਈ ਕਵਿਤਾ ਪੜਦਾ ਕੋਈ ਗੀਤ ਗਾਉਂਦਾ ਕੋਈ ਲਤੀਫਾ ਸੁਣਾਉਂਦਾ ਕੋਈ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਾ ਲੇਖਕ ਇੱਕ ਦੂਜੇ ਨਾਲ ਦੁੱਖ ਸੁੱਖ ਫੋਲਦੇ ਤੇ ਹੌਲੇ ਹੋਏ ਮਹਿਸੂਸ ਕਰਦੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਲੱਸੀ ਮੱਖਣ ਦਾ ਲੰਗਰ ਲੱਗਦਾ ਮਸਾਲੇ ਵਾਲੀ ਚਾਹ ਦੀਆਂ ਮਹਿਕਾਂ ਉੱਠਦੀਆਂ ਤੇ ਧੁੱਪ ਦੀ ਮਹਿਫਿਲ ਅਗਲੇ ਸਾਲ ਮੁੜ ਮਿਲਣ ਤੇ ਇਕਰਾਰ ਨਾਲ ਵਿਛੜਦੀ ਪਾਪਾ ਜੀ ਭਾਵੇਂ ਨਹੀਂ ਰਹੇ ਪਰ ਉਹਦੀ ਧੁੱਪ ਦੀ ਮਹਿਫਿਲ ਅਜੇ ਵੀ ਲੱਗ ਰਹੀ ਹੈ ਜਨਵਰੀ 1994 ਦਾ ਕੋਈ ਦਿਨ ਸੀ ਉਸ ਸਾਲ ਧੁੱਪ ਦੀ ਮਹਿਫਿਲ ਵਿੱਚ ਦਵਿੰਦਰ ਸਤਿਆਰਥੀ ਦਾ ਸਨਮਾਨ ਕੀਤਾ ਜਾਣਾ ਸੀ ਮੈਂ ਆਪਣੇ ਕੈਨੇਡੀਅਨ ਮਿੱਤਰ ਬੰਦ ਸਿੰਘ ਸਿੱਧੂ ਨੂੰ ਜਹਾਜ਼ ਚੜਾਉਣ ਲਈ ਦਿੱਲੀ ਗਿਆ ਰਾਤ ਅਸੀਂ ਗੁਰਬਚਨ ਸਿੰਘ ਭੁੱਲਰ ਕੋਲ ਠਹਿਰੇ ਉੱਥੇ ਸੰਤੋਖ ਸਿੰਘ ਧੀਰ ਵੀ ਆਇਆ ਸੀ ਤੇ ਸਵੇਰੇ ਧੁੱਪ ਦੀ ਮਹਿਫਿਲ 'ਚ ਜਾਣਾ ਸੀ ਖਾਂਦੇ ਪਿੰਦੇ ਅਸੀਂ ਦਵਿੰਦਰ ਸਤਿਆਰਥੀ ਦੀਆਂ ਗੱਲਾਂ ਕਰਨ ਲੱਗੇ ਕਿ ਚੰਗਾ ਹੋਇਆ ਉਹਨੂੰ ਬੁੱਢੇ ਬਾਰੇ ਸਨਮਾਨ ਦਿੱਤਾ ਜਾ ਰਿਹਾ ਹੈ ਫਿਰ ਉਹਨੂੰ ਦਿੱਤੀ ਜਾ ਰਹੀ ਥੈਲੀ ਦੀ ਗੱਲ ਚੱਲੀ ਥੈਲੀ ਸ਼ਾਇਦ ਲੱਖ ਰੁਪਏ ਦੀ ਦਿੱਤੀ ਜਾਣੀ ਸੀ ਧੀਰ ਕਹਿੰਦਾ ਮੰਨ ਗਿਆ ਵੀ ਪਾਪੇ ਤੇ ਸਖੀ ਸੁਭਾ ਨੂੰ ਪਰ ਕੀ ਕਰੂ ਭਲਾ ਸਤਿਆਰਥੀ ਉਸ ਥੈਲੀ ਦਾ ਕਿਵੇਂ ਸੰਭੂ ਇੰਨੇ ਪੈਸੇ ਫੁੱਲਰ ਦਾ ਸੁਭਾ ਖਸਨਾ ਸੌਣ ਵਾਲਾ ਪਹਿਲਾਂ ਧੀਰ ਦੀ ਤਸੱਲੀ ਕਰਾਈ ਕਿ ਐਵੇਂ ਥੈਲੀ ਦਾ ਫਿਕਰ ਨਾ ਕਰੇ ਫਿਰ ਉਸ ਦਵਿੰਦਰ ਸਤਿਆਰਥੀ ਦੀਆਂ ਹਸਾਉਣੀਆਂ ਗੱਲਾਂ ਸੁਣਾਉਣ ਲੱਗਾ ਉਹਨੇ ਸਤਿਆਰਥੀ ਦੀ ਉਹ ਗੱਲ ਵੀ ਸੁਣਾਤੀ ਕਿ ਉਹਦੇ ਘਰਵਾਲੀ ਨੇ ਕੌਲਾ ਦੇ ਕੇ ਬਾਜ਼ਾਰੋਂ ਦਹੀਂ ਲੈਣ ਭੇਜਿਆ ਪਰ ਉਹ ਨੀਂਦਰੇ ਕਾਰਨ ਇੱਕ ਕੰਬੇ ਨਾਲ ਲੱਗ ਕੇ ਸੌ ਗਿਆ ਕਾਫੀ देर ਘਰ ਨਾ ਮੁੜਿਆ ਤਾਂ ਉਹਦੀ ਭਾਲ ਟੋਲ ਹੋਣ ਲੱਗੀ ਕੀ ਵੇਖਦੇ ਐ ਕੋਈ ਇੱਕ ਖੰਭੇ ਨੂੰ ਢੋਲਾਈ ਸੁੱਤਾ ਪਿਆ ਖਾਲੀ ਕੋਲਾ ਜਿਸ ਚ ਦਹੀਂ ਲੈ ਕੇ ਆਉਣਾ ਸੀ ਆਉਂਦੇ ਜਾਂਦੇ ਲੋਕਾਂ ਨੇ ਭਾਨ ਨਾਲ ਭਰ ਦਿੱਤਾ ਸੀ 1965 ਚ ਡਾਕਟਰ ਹਰਪਜਨ ਸਿੰਘ ਨੇ ਮੈਨੂੰ ਪਹਿਲੀ ਵਾਰ ਸਤਿਆਰਥੀ ਨਾਲ ਮਿਲਾਇਆ ਸੀ ਕਾਲਜ ਚ ਮੇਰਾ ਪੀਰੀਅਡ ਖਾਲੀ ਸੀ ਤੇ ਮੈਂ ਡਾਕਟਰ ਹਰਪਜਨ ਸਿੰਘ ਨਾਲ ਗੁਰਦੁਆਰਾ ਰੋਡ ਵਾਲੇ ਕਾਫੀ ਹਾਊਸ ਵੱਲ ਆ ਗਿਆ ਉੱਥੇ ਸਤਿਆਰਥੀ ਰਜਿਸਟਰ ਖੋਲੀ ਕਿਸੇ ਚੇਲੇ ਬਾਲਕੇ ਨੂੰ ਕੁਝ ਸੁਣਾ ਰਿਹਾ ਸੀ ਮੇਰੇ ਮਾਨਜ ਸਤਿਆਰਥੀ ਦੀ ਬਹੁਤ ਕਦਰ ਸੀ ਡਾਕਟਰ ਹਰਭਜਨ ਸਿੰਘ ਨੇ ਮੇਰੀ ਉਸ ਨਾਲ ਜਾਣ ਪਛਾਣ ਕਰਾਉਂਦੇ ਆ ਦੱਸਿਆ ਕਿ ਸਾਡੇ ਕਾਲਜ ਵਿੱਚ ਪੰਜਾਬੀ ਦਾ ਨਵਾਂ ਲੈਕਚਰ ਆ ਰਿਹਾ ਹੈ ਤੇ ਮੈਂ ਸਤਿਆਰਥੀ ਦੇ ਗੋਡੇ ਛੂ ਕੇ ਸਤਿਕਾਰ ਦਿੱਤਾ ਨਾਲ ਕਿਹਾ ਕਿ ਧੰਨਵਾਦ ਜੋ ਤੁਹਾਡੇ ਦਰਸ਼ਨ ਹੋਏ ਉਹ ਤਾਂ ਮੈਨੂੰ ਨਹੀਂ ਸੀ ਪਤਾ ਵੀ ਸத்யਾਰਥੀ ਦੇ ਦਰਸ਼ਨੀ ਨੇ ਦੁਰਲਭ ਨਹੀਂ ਸੀ ਜਿਨ ਨੇ ਮੈਂ ਸਮਝ ਰਿਆ ਸੀ ਇਹਦਾ ਪਤਾ ਮੈਨੂੰ ਪਹਿਲੀ ਮੁਲਾਕਾਤ 'ਚ ਹੀ ਲੱਗ ਗਿਆ ਮੇਰੇ ਮਿਲਣਸਾਰੀ ਸத்யਾਰਥੀ ਨੇ ਕਿਹਾ ਇੱਥੇ ਰੌਲਾ-ਗੋਲਾ ਬਹੁਤ ਹੈ ਚਲੋ ਆਪਾਂ ਨਵਿਕਲੀ ਜਗ੍ਹਾ ਚੱਲਦੇ ਹਾਂ ਉੱਥੇ ਮੈਂ ਨਵੀਂ ਲਿਖੀ ਕਹਾਣੀ ਸੁਣਾਉ ਮੈਂ ਖੁਸ਼ ਹੋਇਆ ਐਡੇ ਵੱਡੇ ਲੇਖਕ ਦੀ ਸੰਗਤ ਮਾਣਨ ਤੇ ਤੇ ਉਹਦੀ ਨਵੀਂ ਲਿਖੀ ਕਹਾਣੀ ਸੁਣਨ ਦਾ ਮੌਕਾ ਜੁੜਿਆ ਡਾਕਟਰ ਹਰਪਜਨ ਸਿੰਘ ਮੈਨੂੰ ਸத்யਾਰਥੀ ਦੇ ਲੜ ਲਾ ਕੇ ਆਪ ਘਰ ਚਲਾ ਗਿਆ ਅਸੀਂ ਤਿੰਨੇ ਜਣੇ ਕਾਫੀ ਹਾਊਸ ਦੇ ਪਿਛਵਾੜੇ ਜਾ ਬੈਠੇ ਸੇ ਤਿਆਰਥੀ ਨੇ ਪਤਲੀ ਜਨਾਨਾ ਵਾਸਤੇ ਰਜਿਸਟਰ ਤੋਂ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜੋ ਮੁੱਕਣ ਚ ਨਹੀਂ ਆ ਰਹੀ ਥੋੜੀ ਦੇਰ ਬਾਅਦ ਉਹ ਕਹਿ ਦਿੰਦਾ ਬਸ ਥੋੜੀ ਜੀ ਹੋਰ ਹੈ ਅੱਧਾ ਪੌਣਾ ਘੰਟਾ ਤਾਂ ਮੈਂ ਸਬਰ ਨਾਲ ਸੁਣੀ ਫਿਰ ਕਾਲਜ ਦੇ ਪੀਰੀਅਡ ਲਾਉਣ ਦੇ ਫਿਕਰ ਨੇ ਮੈਨੂੰ ਫਿਕਰਾਂ ਵਿੱਚ ਪਾ ਦਿੱਤਾ ਨਵਾਂ ਨਵਾਂ ਲੈਕਚਰ ਲੈਕਚਰਰ ਲੱਗਾ ਸੀ ਜਿਸ ਕਰਕੇ ਪੀਰੀਅਡ ਮਿਸ ਕਰਨਾ ਬਾਰਾ ਨਹੀਂ ਸੀ ਕਹਿੰਦਾ ਸੋਚਣ ਲੱਗਾ ਕੀ ਕਹਿ ਕੇ ਲੜ ਚੜਾਵਾਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਮੈਂ ਤੋਂ ਪਹਿਲਾਂ ਦਾ ਫਸਿਆ ਚੇਲਾ ਬੋਲਿਆ ਹੁਣ ਬੱਸ ਵੀ ਕਰੋ ਸਤਿਾਰਥੀ ਜੀ ਮੈਨੂੰ ਕਿਸੇ ਜ਼ਰੂਰੀ ਕੰਮ ਜਾਣਾ ਸਤਿਾਰਥੀ ਨੇ ਕਿਹਾ ਤੂੰ ਜਾ ਜਿੱਥੇ ਜਾਣਾ ਐਵੇਂ ਮੇਰਾ ਸਰੋਤਾ ਨ ਬਗਾੜ ਮੈਨੂੰ ਸੁਣਾ ਲੈਣ ਦੇ ਇਹਨੂੰ ਨਵੀਂ ਕਹਾਣੀ ਚੇਲਾ ਕਹਿਣ ਲੱਗਾ ਨਵੀਂ ਕਿੱਥੋਂ ਮੈਂ 17 ਵਾਰ ਤਾਂ ਸੁਣ ਚੁੱਕਾ ਹ ਸਤਿਾਰਥੀ ਉਹਦੇ ਵੱਲ ਕੌੜ ਨਾਲ ਝਾਕਿਆ ਤੂੰ ਸੁਣੀ ਹੋਈ ਐ 17 ਵਾਰ ਪਰ ਇਹ ਭਲਾ ਮਨਸ ਤਾਂ ਪਹਿਲੀ ਵਾਰ ਸੁਣ ਰਿਹਾ ਸੁਣਨ ਦੇ ਇਹਨੂੰ ਤੇ ਮੈਨੂੰ ਇਹ ਕਹਿ ਕੇ ਕੋਈ ਸੁਝਾਅ ਹੋਵੇ ਤਾਂ ਦੱਸੀ ਦੱਸੀ ਚੱਲੀ ਕਹਾਣੀ ਗਾਂ ਸੁਣਾਉਣ ਲੱਗਾ ਕਹਾਣੀ ਮੁੱਕਣ ਚ ਨਹੀਂ ਸੀ ਆ ਰਹੀ ਪਹਿਲਾ ਸਰੋਤਾ ਚਲਾ ਗਿਆ ਦੂਜਾ ਸਰੋਤਾ ਬਣਿਆ ਮੈਂ ਵਾਰਡ ਤੇ ਫਸੇ ਬਿੱਲੇ ਵਾਂਗ ਝਾਕ ਰਿਆ ਸੀ ਕਹਾਣੀ ਸੁਣਨ ਦੀ ਥਾਂ ਮੈਨੂੰ ਪੀਰੀਅਡ ਦੀ ਘੰਟੀ ਸੁਣ ਰਹੀ ਸੀ ਉੱਠਣਾ ਚਾਹੁੰਦਾ ਸੀ ਏਡੇ ਵੱਡੇ ਸੈਦਕਰ ਦੀ ਕਹਾਣੀ ਅੱਧ ਵਿਚਾਲੇ ਛੱਡ ਕੇ ਉੱਠਣ ਦਾ ਹੌਸਲਾ ਨਹੀਂ ਸੀ ਪੈ ਰਿਹਾ ਥੋੜੀ ਦੇਰ ਬਾਅਦ ਉਹ ਫੇਰ ਕਹਿ ਦਿੰਦਾ ਬਸ ਥੋੜੀ ਜੀ ਰਹਿ ਗਈ ਕੋਈ ਸੁਝਾਅ ਹੈ ਤਾਂ ਦੱਸੀ ਚੱਲ ਸੁਝਾਅ ਦੇ ਕੇ ਮੈਂ ਹੋਰ ਫਸਣਾ ਸੀ ਫਸਿਆ ਤਾਂ ਪਹਿਲੇ ਹੀ ਪਿਆ ਸੀ ਮੈਂ ਹੁੰਗਾਰਾ ਦੇ ਨੂੰ ਵੀ ਹਟ ਗਿਆ ਮੰਚ 'ਤੇ ਡਾਕਟਰ ਹਰਪਜਨ ਸਿੰਘ ਨੂੰ ਕੋਸ ਰਿਆ ਸੀ ਵੀ ਕਾਫੀ ਹਾਊਸ ਲਿਆ ਇਹਨੂੰ ਕਿੱਥੇ ਫਸਾ ਲਿਆ ਫਸੀ ਤਾਂ ਫਟਕਣ ਕੀ ਕਹਿਣ ਵਾਂਗ ਪੀਰੀੜ ਦਾ ਸਮਾਂ ਲੰਘ ਗਿਆ ਮੰਚ ਪਛਤਾਵਾ ਹੋਣ ਲੱਗਾ ਵੀ ਕਾਹਨੂੰ ਕਰਨੀ ਸੀ ਸਤਿਆਰਥੀ ਜੀ ਦੇ ਦਰਸ਼ਨ ਉਹ ਕਹਾਣੀ ਪੜਦਾ ਪੜਦਾ ਪਤਲੀ ਜੀ ਆਵਾਜ਼ ਦੁਆਰਾ ਆਵੇ ਬਸ ਥੋੜੀ ਜੀ ਰਹਿ ਗਈ ਤੇ ਮੈਂ ਉਹਦੇ ਰਜਿਸਟਰ ਵੱਲ ਦੇਖਿਆ ਜਿਸ ਤੇ ਥਾਂ-ਥਾਂ ਜੇਪੀਆਂ ਲੱਗੀਆਂ ਸੀ ਜੇਪੀਆਂ ਤੇ ਚੇਪੀਆਂ ਡੇਢ ਦੋ ਘੰਟੇ ਬੀਤੇ ਮੈਂ ਬੇਸਬਰਾ ਹੋ ਗਿਆ ਕਿਾ ਸத்யਾਰਥੀ ਜੀ ਮੇਰਾ ਪੀਰੀਅਡ ਲੱਗਣਾ ਬਾਕੀ ਦੀ ਕਹਾਣੀ ਮੈਂ ਪੀਰੀਅਡ ਲਾ ਕੇ ਸੁਣੋ ਸத்யਾਰਥੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੈਂ ਉਹ ਤੋਂ ਲੜ ਛੁਡਾ ਕੇ ਦੌੜ ਆਇਆ ਦਵਿੰਦਰ ਸத்யਾਰਥੀ ਮੈਨੂੰ ਲੱਭਦਾ ਰਿਹਾ ਵੀ ਰਹਿੰਦੀ ਕਹਾਣੀ ਸੁਣਾ ਸਕੇ ਪਰ ਮੈਂ ਉਹਦੇ ਹੱਥ ਨਾ ਆਇਆ ਇੱਕ ਦਿਨ ਮੈਂ ਬੇਤਿਆਣਾ ਜਾ ਰਿਹਾ ਸੀ ਕਿ ਉਹ ਕਨੋਟ ਪਲੇਸ ਤੇ ਲਾਂਚ ਟੱਕਰ ਗਿਆ ਪੈਂਦੀ ਸੱਟੇ ਬੋਲੇ ਮੈਂ ਤੈਨੂੰ ਕਈ ਦਿਨਾਂ ਤੋਂ ਲੱਭਦਾ ਫਿਰਦਾ ਆਪਣੀ ਉਹ ਕਹਾਣੀ ਅਜੇ ਵਿੱਚ ਹੀ ਹੈ ਆ ਜਾ ਇੱਥੇ ਬਹਿ ਕੇ ਸੁਣ ਲੈ ਮੇਰੇ ਕੁਝ ਕਹਿਣ ਤੋਂ ਪਹਿਲਾਂ ਉਹ ਘਾਹ ਤੇ ਚੌਂਕੜੀ ਮਾਰ ਕੇ ਬਹਿ ਗਿਆ ਚੋਲੇ ਤੋਂ ਰਜਿਸਟਰ ਕੱਢਿਆ ਮੈਨੂੰ ਕਹਿੰਦਾ ਤੂੰ ਵੀ ਆਰਾਮ ਨਾਲ ਬਹਿ ਜਾ ਫਿਰ ਆਪਾਂ ਕਹਾਣੀ ਸ਼ੁਰੂ ਕਰਦੇ ਆ ਮੈਂ ਜਦੋਂ ਜੁੱਤੀ ਲਾਈ ਤਾਂ ਉਹਨੇ ਕਿਹਾ ਜੁੱਤੀ ਲਾਉਣ ਦੀ ਕੀ ਲੋੜ ਹੈ ਸਣੇ ਜੁੱਤੀ ਬਹਿ ਜਾ ਮੇਰੇ ਵਾਂਗ ਆਪਾਂ ਕਿਹੜਾ ਕੋਈ ਧਾਰਮਿਕ ਰਸਮ ਕਰਨੀ ਹੈ ਮੈਂ ਜੁੱਤੀ ਜੋੜਾ ਹੱਥਾਂ 'ਚ ਫੜ ਲਿਆ ਤੇ ਦੌੜ ਦਾ ਸਟਾਰਟ ਲੈਂਦੀ ਆ ਕਿਹਾ ਲੋ ਸਤਿਾਰਥੀ ਜ ਸਾ ਹੁਣ ਨਹੀਂ ਦੰਦਾ ਢਾਈ ਇਉਂ ਖੜਾ ਛੁਡਾਇਆ ਮੈਂ ਸਤਿਾਰਥੀ ਤੋਂ ਕਬੱਡੀ ਦੇ ਧਾਵੀ ਵਾਂਗ ਮੁੜ ਕੇ ਮੈਂ ਆਪਣੇ ਉਹਦੇ ਜੱਫੇ ਚ ਨਾ ਆਇਆ ਰਵਿੰਦਰ ਸਤਿਾਰਥੀ ਦੇ ਆਰਟੀਕਲ ਆਰ ਸੀ ਚ ਛਪਦੇ ਰਹਿੰਦੇ ਸੀ ਪਾਪਾ ਪ੍ਰੀਤਮ ਸਿੰਘ ਉਹਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਦਾ ਰਹਿੰਦਾ ਇੱਕ ਵਾਰ ਉਹਨੇ ਊਲ ਜਲੂਲ ਨਾਵਲ ਕੋੜਾ ਬਾਦਸ਼ਾਹ ਚਪਵਾਇਆ ਉਵ ਕਰਿਦਰਨ ਦਾ ਨਾਵਲ ਸੀ ਤੇ ਪਾਪਾ ਜੀ ਨੇ ਛਾਪਿਆ ਵੀ ਵਖਰੇ ਆਕਾਰ ਚ ਗੁਟਕੇ ਤੇ ਕਿਤਾਬ ਵਿਚਲੇ ਸਾਈਜ਼ ਵਿੱਚ ਉਸ ਤੇ ਕੋਈ ਕਹਾਣੀ ਨਹੀਂ ਸੀ ਜਿਸ ਕਰਕੇ ਪਾਠਕ ਥੋੜੇ ਜੇ ਸਫੇ ਪੜ ਕੇ ਉਕਤ ਆ ਜਾਂਦੇ ਫਿਕਰੇ ਚ ਉਸਤ ਹੋਣ ਦੇ ਬਾਵਜੂਦ ਨਾਵਲ ਅੱਗੇ ਨਹੀਂ ਸੀ ਤੁਰਦਾ ਮਜ਼ਾਕ ਹੋਣ ਲੱਗੇ ਜਿਹਨੂੰ ਸਜ਼ਾ ਦੇਣੀ ਹੋਵੇ ਉਹਨੂੰ ਕਹੋ ਕੋੜਾ ਬਾਦਸ਼ਾਹ ਪੜ ਕੇ ਵਿਖਾ ਤੇ ਜੇ ਸਾਰਾ ਪੜ ਪੜ ਜੇ ਤਾਂ ਇਨਾਮ ਚ ਲਕ ਟੁਣੂ ਟੁਣੂ ਦੇਵਾਂਗੇ ਤਾਰਾ ਸਿੰਘ ਨੇ ਟਿੱਪਣੀ ਕੀਤੀ ਇਹ ਨਾਵਲ ਇਨਾ ਉੱਚ ਪਾਇਦਾ ਹੈ ਕਿ ਆਮ ਪਾਠਕ ਸਮਝ ਹੀ ਨਹੀਂ ਸਕਦਾ ਮੈਂ ਪੁੱਛਿਆ ਫਿਰ ਕੌਣ ਸਮਝ ਸਕਦਾ ਤਾਰਾ ਸਿੰਘ ਅੱਖਾਂ ਘੁਮਾ ਕੇ ਮੁਸਕਰਾਇਆ ਜਾਂ ਘੋੜਾ ਜਾਂ ਬਾਦਸ਼ਾਹ ਧੰਨਵਾਦ ਚਲਦਾ